कोई ना सियाणी उम्र दी माई अपनी धी दे घर चली ते उहदी धी दा घर कोई नाल दे पिंड सिंगा एक शहर में पैंदा सी उदां रास्ते दे विच उहने कीता गठड़ी गुठड़ी बन्नी ते अपना तुरन लगी ते उहदे ना सोने दे कड़े पए सी दो। उहने की कीता, उहने कहा यार किते ना कोई अगे पिछे ना हो जाए। उहने कीता कि सोने दे कड़े ना अपने बाहां च पा ले। वो जो बाहों से पाए ना वो तुर पई तो उत्थे सी दो ठग बंदे। वह जो ठगा बंदिया ने देखा ना कि माई दे बांह दे विच सोने दे दो कड़े आ ते वाह वाह अज माल मोटा साढ़े काबू आ जू। खैर वह नस के अगे गए, माँ जी लियाओ कित्थे जाना, असी भी उधर नूं जाना, सानू फड़ा दो अपनी गंढ ते असी जाने तुहानूं नाल लै के जिथे नूं जाना, चलो सानू फड़ा दो असी राह तुहाडा इक्को जिहा हो जाएगा। ठग सी ना, उन्होंने कोई बहाना बहूना मार के नाल तुर पे। हुण माई बड़ी सियाणी, वो माई नूं समझ आ गई कि इहनां दी अख मेरे कड़ियां दे उपर आ। होया कुछ इस तरह कि वह तुरे जाण, नाले माँ जी नूं अपना हाल चाल पुछदे रहण ते नाले उहदे कोल कदी कहण जी माँ सानूं रोटी खवा, माँ तेरे को पैसे किन्ने आ, ਉਹ ਹੋਟਲ ਆ ਗਿਆ ਅਸੀਂ ਤੇਰਾ ਇੰਨਾ ਭਾਰ ਚੁੱਕ ਕੇ ਲੈਂਦਾ, ਤੂੰ ਸਾਡੇ ਤੋਂ ਵੱਡੀ ਆ, ਤੂੰ ਸਾਨੂੰ ਰੋਟੀ ਖਵਾ। ਇੱਦਾਂ ਦੀਆਂ ਗੱਲਾਂ ਕਰਦੇ ਰਹੇ, ਬਥੇਰੀ ਕੋਸ਼ਿਸ਼ ਕੀਤੀ ਕਿ ਮਾਈ ਕਿਸੇ ਤਰ੍ਹਾਂ ਕੜੇ ਲਾ ਕੇ ਰੱਖੇ ਤੇ ਅਸੀਂ ਗਾਇਬ ਕਰੀਏ। ਹੋਇਆ ਇਸ ਤਰ੍ਹਾਂ ਕਿ ਅਖੀਰ ਮਾਈ ਨੇ ਕਹਿ ਤਾ ਮੇਰੇ ਕੋਲ ਤਾਂ ਪੈਸੇ ਕੋਈ ਨਹੀਂ ਗੇ, ਮੈਂ ਕੜੇ ਵੇਚ ਕੇ ਅਤੇ ਤੁਹਾਨੂੰ ਰੋਟੀ ਖਵਾ ਦਿੰਦੀ ਹਾਂ। ਠੱਗ ਬੜਾ ਖੁਸ਼ ਹੋਇਆ ਕਿ ਲੈ ਵੀ ਗੱਲ ਬਣ ਗਈ ਆ। ਉਹਨੇ ਦੂਸਰੇ ਠੱਗ ਨੂੰ ਕਿਹਾ ਲਾ ਅੱਜ ਕਾਬੂ ਆਈ ਹੈ ਸਾਮੀ ਨੂੰ, ਚਲੋ ਕੜੇ ਵੇਚਣ ਦਿਓ, ਕੋਈ ਰੋਟੀ ਖਾ ਲਾਂਗੇ, ਸੌ ਖਾਣ ਦੀ ਬਕਾਇਆ ਇਹ ਡੱਬੂ ਕਰ ਲਾਂਗੇ, ਮਾਲ ਨੂੰ ਮਾਈ ਨੂੰ ਗੇੜਾ ਦੇ ਜਾਂਗੇ। ਹੁਣ ਮਾਈ ਸਾਰੀ ਸਮਝਦੀ ਸੀ ਇਸ ਗੱਲ ਨੂੰ, ਉਹ ਕਹਿੰਦੀ ਚਲੋ ਅੱਗੇ ਸੁਨਿਆਰਾ ਹੀ ਦੁਕਾਨ ਆ, ਮੈਂ ਉੱਥੇ ਵੇਚ ਦਿੰਦੀ ਹਾਂ, ਇੱਕੜਾ ਵੇਚ ਕੇ ਤਾਂ ਆਪਣੇ ਰੋਟੀ ਪਾਣੀ ਆ ਜਾਣਾ, ਚਲੋ ਬੰਦਾ ਖਾ ਪੀ ਲਾਂਗੇ। ਹੋਇਆ ਕੁਛ ਇਸ ਤਰ੍ਹਾਂ ਕਿ ਜਦੋਂ ਆਈ ਨਾ ਸੁਨਿਆਰਾ ਹੀ ਦੁਕਾਨ, ਮਾਈ ਕਹਿੰਦੀ ਤੁਸੀਂ ਇੱਥੇ ਬਾਹਰ ਮੇਰੀ ਗੱਠੀ ਲਾਗੇ ਬਵੋ ਅਤੇ ਮੈਂ ਅੰਦਰ ਨਾ ਕੜਾ ਵੇਚ ਆਵਾਂ। ਬੰਦੇ ਬੜੇ ਮੁਤਮਿਨ ਹੋਏ, ਉਹਨੇ ਕਿਹਾ ਲੈ ਵੀ ਗੱਲ ਬਣ ਗਈ। ਕੜਾ ਵੇਚਣ ਅੰਦਰ ਵੜੀ ਅਤੇ ਜਾ ਕੇ ਕਹਿੰਦੀ ਕਿ ਸੁਨਿਆਰੇ ਨੂੰ ਕਹਿੰਦੀ ਕਿ ਮੇਰੇ ਦੋ ਪੁੱਤਰ ਆ, ਇੱਕ ਨੂੰ ਮੈਂ ਵੇਚਣਾ ਚਾਹੁੰਦੀ ਹਾਂ, ਜੇ ਤੂੰ ਲੈਣੇ ਆ ਤਾਂ ਦੱਸ ਤੈਨੂੰ ਕਿੰਨੇ ਪੈਸੇ ਦਿੰਦਾ। ਉਹਨੇ ਕਿਹਾ ਮਾਈ ਇੱਕ ਦਾ ਮੈਂ ਤੈਨੂੰ 100 ਰੁਪਇਆ ਦਾਂਗਾ, ਮੈਂ ਤੈਨੂੰ ਇੱਕ ਦਾ। ਮਾਈ ਨੇ ਕਿਹਾ ਜੇ ਮੈਂ ਤੈਨੂੰ ਦੋਵੇਂ ਵੇਚ ਦੇਵਾਂ। ਉਹਨੇ ਕਿਹਾ ਦੋਵਾਂ ਦਾ ਮੈਂ ਤੈਨੂੰ 200 ਦੇ ਦਾਂਗਾ। ਮਾਈ ਕਹਿੰਦੀ ਠਹਿਰ ਜਾ, ਮੈਨੂੰ ਨਾ ਬਾਹਰੋਂ ਪੁੱਛ ਲੈਣ ਦੀ ਆਵਾਜ਼ ਮਾਰ ਕੇ ਕਿ ਇੱਕ ਵੇਚਾਂ ਕਿ ਦੋ। ਉਹਨੇ ਬਾਹਰ ਨੂੰ ਆਵਾਜ਼ ਦਿੱਤੀ ਆਪਣੇ ਉਹਨਾਂ ਨੂੰ ਮੁੰਡਿਆਂ ਨੂੰ, ਮੁੰਡੇ ਬਣਾਏ ਹੋਏ ਸੀ ਨਾ, ਉਹਨੇ ਉਹਨੂੰ ਪੁੱਛਣ ਲੱਗੀ ਬੱਚੇ ਇੱਕ ਵੇਚਾਂ ਕਿ ਦੋਨਾਂ ਨੂੰ। ਉਹਨਾਂ ਦੇ ਭਲੇਵੇ ਵੀ ਕੜੇ ਵੇਚਣ ਲੱਗੀ ਹੈ। ਉਹ ਵੱਡਾ ਕਹਿੰਦਾ ਮਾਂ ਜੀ ਦੋਨੇ ਹੀ ਵੇਚ ਛੱਡੋ। ਉਹ ਸਿਆਣਾ ਨੇ ਸੁਨਿਆਰਾ ਸਮਝ ਗਿਆ ਵੀ ਖਰੇ ਕਹਿਣ ਲਈ ਦੋਨੇ ਰੱਖ ਲਓ ਚਲੋ। ਮਾਈ ਕਹਿੰਦੀ ਚਲੋ ਦੋਨਾਂ ਦਾ ਸੌਦਾ ਕਰ। ਉਹ ਕਰਦੇ ਇੱਕ ਤਰ੍ਹਾਂ 300 'ਚ ਗੱਲ ਮੁੱਕ ਗਈ, 300 ਰੁਪਇਆ ਮਹੀਨੇ 'ਚ ਗੱਲ ਮੁੱਕ ਗਈ। ਉਹ ਨਾ ਮਾਈ ਨੇ 300 ਰੁਪਇਆ ਫੜਿਆ ਅਤੇ ਆਪਣੀ ਗੱਠੜੀ ਚੁੱਕ ਕੇ ਕਹਿੰਦੀ ਹੁਣ ਤੁਸੀਂ ਇੱਥੇ ਬਵੋ ਅਤੇ ਮੈਂ ਰੋਟੀ ਲੈ ਕੇ ਆਈ। ਉਹ ਬਾਹਰ ਬੈਠੇ ਸੀ ਅਤੇ ਸੋਚਦੇ ਵੀ ਲੈ ਮਾਈ ਰੋਟੀ ਲੈਣ ਗਈ ਆ, ਹੁਣ ਅਸੀਂ ਇੱਥੇ ਬਹਿ ਕੇ ਰੋਟੀ ਪਾਣੀ ਖਾਵਾਂਗੇ। ਪਰਲਿਓ ਸੁਨਿਆਰੇ ਨੇ ਫਿਰ ਚੁੱਕਿਆ ਇੱਕ ਨੂੰ ਝਾੜੂ ਅਤੇ ਇੱਕ ਨੂੰ ਪੈਪਰ ਫੜਾਇਆ ਵੀ ਆ ਲਓ ਜੀ ਮਾਰੋ। ਅਤੇ ਉਹ ਕਹਿੰਦੇ ਜੀ ਅਸੀਂ ਮਾਈ ਦੇ ਪੁੱਤ। ਉਹ ਕਹਿੰਦਾ ਤੁਹਾਨੂੰ ਵੇਚ ਗਈ ਹੈ। ਗੱਲ ਕਰਨ ਦਾ ਮਕਸਦ ਇਹ ਆ ਕਿ ਹਰ ਜਗ੍ਹਾ 'ਤੇ ਠੱਗਬਾਜ਼ੀ ਨਹੀਂ ਚੱਲਦੀ, ਕਿਤੇ ਠੱਗਾਂ ਦੀ ਮਾਂ ਵੀ ਲੱਭ ਜਾਂਦੀ ਹੈ ਅੱਗਿਓਂ। ਹਰ ਜਗ੍ਹਾ 'ਤੇ ਕਿਸੇ ਨੂੰ ਫਰਾਡ ਲਾਉਣ ਦੀ ਕੋਸ਼ਿਸ਼ ਨਾ ਕਰੋ। ਕੋਈ ਨਾ ਕੋਈ ਅੱਗੇ ਤੁਹਾਨੂੰ ਕੋਈ ਐਸਾ ਬੰਦਾ ਮਿਲ ਜਾਂਦਾ ਹੈ ਕਿ ਜਿਹਦਾ ਜਿੱਥੇ ਅੱਗੇ ਫਰਾਡ ਨਹੀਂ ਚੱਲਦਾ। ਹਰ ਵੇਲੇ ਕਿਸੇ ਨੂੰ ਫਰਾਡ ਲਾਉਣ 'ਚ ਨਾ ਰਹੋ, ਕੋਈ ਨਾ ਕੋਈ ਅੱਗੇ ਤੁਹਾਨੂੰ ਡਾਢਾ ਟੱਕਰ ਜਾਣਾ।